ਫਰੀਦਕੋਟ ਛਾਉਣੀ 'ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ। ਜੀ ਹਾਂ, ਫਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ਵਿੱਚ ਤੈਨਾਤ ਇੱਕ ਕਰਨਲ ਨਾਲ ਫੇਕ ਐਪ ਦੇ ਰਾਹੀਂ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ 72 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਥਾਣਾ ਸਾਈਬਰ ਕ੍ਰਾਈਮ ਵਿਖੇ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੀ ਸ਼ੁਰੂਆਤ ਵਿੱਚ ਹੀ ਪੁਲਿਸ ਨੇ ਪੀੜਤ ਕਰਨਲ ਦੇ 11 ਲੱਖ ਰੁਪਏ ਰਿਕਵਰ ਵੀ ਕਰ ਲਏ ਨੇ ਅਤੇ ਹੋਰ ਰੁਪਏ ਰਿਕਵਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ DSP ਸਾਈਬਰ ਕ੍ਰਾਈਮ ਰਾਜ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਫੇਕ ਐਪ ਦੇ ਝਾਂਸੇ ਵਿੱਚ ਨਾ ਆਉਣ, ਜਿਸ ਕਾਰਨ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਇਹ ਨਾ ਇੱਕ ਕੈਪਟਨ ਹੈਗੇ ਆ ਸੁਰਜੀਤ ਸੰਭਲ, ਤੇ ਇਹ ਐਕਚੁਅਲੀ ਟ੍ਰੇਨਿੰਗ ਦਾ ਕੰਮ ਕਰਦੇ ਸੀ। ਛੋਟੀ ਮੋਟੀ ਟ੍ਰੇਨਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ। ਇਹਨਾਂ ਨੇ ਇੱਕ ਐਪ ਜੋ ਦੇਖ ਲਿਆ ਉੱਤੇ ਆਪਣੇ ਮੋਬਾਈਲ ਦੇ ਉੱਤੇ, ਐਕਚੁਅਲੀ ਉਹ ਫੇਕ ਐਪ ਸੀ ਆ, ਉਹ ਤੋਂ ਇਹਨਾਂ ਨੇ ਟ੍ਰੇਡਿੰਗ ਕਰਨੀ ਸ਼ੁਰੂ ਕਰਤੀ। ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਇਆ ਉਹਦੇ 'ਚ ਲਾਤਾ, ਤੇ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀ ਕਿ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਹੇ ਆ, ਹੌਲੀ ਹੌਲੀ ਵੱਧ ਰਹੇ ਆ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ, ਤੇ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ, ਜਿਹਤੇ ਮੁਕੱਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ। ਬਹੁਤ ਜਲਦੀ ਹੀ ਜਿਹੜੇ ਇਹ ਅਕਾਊਂਟ ਦੇ ਵਿੱਚ ਪੈਸੇ ਗਏ ਆ ਤਾਂ ਜਾਂ ਅਸਲੀ ਮੁਲਜ਼ਮ ਆ ਉਹਨਾਂ ਨੂੰ ਅਸੀਂ ਫੜ ਲਾਂਗੇ। ਸਰ, ਜਿਹੜਾ ਇਹ ਐਪ ਦੀ ਗੱਲ ਕਰਦੇ ਤੁਸੀਂ, ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਲੀ ਉਹਦੇ ਤੋਂ ਟ੍ਰਾਂਜੈਕਸ਼ਨ ਨਹੀਂ? ਨਹੀਂ ਨਹੀਂ, ਇਹਨਾਂ ਨੇ ਹੌਲੀ ਹੌਲੀ ਇਨਵੈਸਟਮੈਂਟ ਕੀਤੀ ਹੈ। ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਗਏ ਕਿ ਤੁਹਾਡੇ ਪੈਸੇ ਵੱਧ ਰਹੇ ਆ, ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਹੀ ਸ਼ੋਅ ਹੋ ਰਹੇ ਆ, ਉਹ ਵਿਦਡਰਾ ਨਹੀਂ ਹੋ ਰਹੇ ਸੀ। ਫਿਲਹਾਲ ਦੀ ਘੜੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਉਹ ਅਮਾਊਂਟ ਅਸੀਂ ਫਰੀਜ਼ ਕਰਾਤੀ ਹੈ ਬੈਂਕ ਦੇ ਕੋਲੋਂ, ਤੇ ਕੋਸ਼ਿਸ਼ ਕਰਦੇ ਹਾਂ ਬਾਕੀ ਵੀ ਜਿਹੜੇ ਅਕਾਊਂਟ 'ਚ ਪੈਸੇ ਗਏ ਆ ਉਹ ਟਰੇਸ ਕਰਕੇ ਉਹ ਫਰੀਜ਼ ਕਰਾ ਕੇ ਇਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਾਂਗੇ। ਸਰ, ਐਪ ਬਾਰੇ ਪਤਾ ਚੱਲਿਆ ਕੋਈ, ਕਿਸ ਤਰ੍ਹਾਂ ਚੱਲ ਰਹੀ ਸੀ, ਕਿਸ ਤਰ੍ਹਾਂ ਆਪਰੇਟ ਕਰ ਰਹੀ ਸੀ ਜਿਹੜੇ ਸਾਈਬਰ ਕ੍ਰਾਈਮ? ਮੈਂ ਡਿਊਰਿੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ, ਵੈਸੇ ਤੁਹਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ, 4-5 ਬੰਦੇ ਅਸੀਂ ਕਰ ਲਏ ਆ, ਉਹ ਫਾਈਨ ਕਰ ਲਏ ਆ। ਪਬਲਿਕ ਨੂੰ ਤਾਂ ਫਿਰ ਇਹੀ ਸਾਡੀ ਹੈ ਰਿਕੁਐਸਟ ਕਿ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ, ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇੱਦਾਂ ਦੀ ਹੁੰਦੀ ਆ, ਤੇ ਇੰਨੀ ਜਲਦੀ ਕੋਈ ਟ੍ਰਾਂਜੈਕਸ਼ਨ ਨਾ ਕਰੋ, ਕੋਈ ਐਪ ਜਾਂ ਕੋਈ ਵੀ ਆਉਂਦਾ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ। ਤੇ ਜੇ ਇਨਕੇਸ ਗਲਤੀ ਹੋ ਹੀ ਜਾਂਦੀ ਹੈ ਤੇ ਉਨੀ ਤੇਜ਼ ਤੇ ਇਮੀਡੀਏਟਲੀ ਕਰ ਦਿਓ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ 'ਚ ਟ੍ਰਾਂਸਫਰ ਨਾ ਹੋ ਸਕਣ। ਜਦੋਂ ਇੱਕ ਵਾਰੀ ਫ੍ਰੀਜ ਹੋ ਜਾਵੇ ਫਿਰ ਤੁਹਾਨੂੰ ਸਾਡੇ ਕੋਲ ਆ ਜਾਓ, ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦਵਾਏ ਆ ਤੇ ਉਹ ਤੋਂ ਕੋਰਟ 'ਚੋਂ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ। ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸਫਲਤਾ ਹਾਸਲ ਕਰ ਸਕਦੇ ਹਾਂ ਔਰ ਪੈਸੇ ਰਿਫੰਡ ਕਰਾ ਸਕਦੇ। ਬਿਲਕੁਲ ਜੀ, ਟਾਈਮ ਲੱਗੇਗਾ ਪਰ ਲੇਕਿਨ ਰਿਫੰਡ ਜ਼ਰੂਰ ਕਰਾਵਾਂਗੇ ਇਹਨਾਂ ਦੇ ਪੈਸੇ। ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਇਹਨਾਂ ਦਾ, ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ, ਅੱਗੇ ਵੀ ਜਿਹੜੇ ਅਕਾਊਂਟ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟਰੇਸ ਕਰਕੇ ਤਾਂ ਇਹਨਾਂ ਨੂੰ ਦਵਾ ਦਾਂਗੇ। ਸਰ, ਜਿਹੜੇ ਇਹਨਾਂ ਵੱਲੋਂ ਜਿਹੜੀਆਂ ਟ੍ਰਾਂਜੈਕਸ਼ਨ ਪਈਆਂ ਉਹ ਗੱਲ ਕਿ ਕਿੰਨੇ ਅਕਾਊਂਟ 'ਚ ਜਿਹੜੀਆਂ ਟ੍ਰਾਂਸਫਰ ਹੋਈਆਂ ਸੀ? ਉਹ ਮਲਟੀਪਲ ਅਕਾਊਂਟਸ ਆ, ਇਦਾਂ ਅੱਗੇ ਇੱਕ ਲੇਅਰ 'ਚ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਸਕੇ। ਉਹ ਚੱਲ ਰਿਹਾ ਕੰਮ, ਅਸੀਂ ਕਰ ਲਾਂਗੇ ਟਰੇਸ।